ਜੋੰਬਰਸਰ ਦੇ ਵਿੱਚ ਆਜੀ ਆਫਿਸ ਲਗਭਗ 7 ਘੰਟੇ ਮੀਟਿੰਗ ਚੱਲੀ ਆ ਏਜੀਜੀਪੀ ਇੰਟੈਲੀਜੈਂਸ ਔਰ ਰਮਸਰ ਦੇ ਵੱਡੇ ਅਧਿਕਾਰੀ ਸੀ ਆਈਬੀ ਦੇ ਅਧਿਕਾਰੀ ਵੀ ਸੀਗੇ ਔਰ ਉਹਦੇ ਵਿੱਚ ਫਿਰ ਜਿਹੜੀ ਆ ਸਾਰੀਆਂ ਗੱਲਾਂ ਤੇ ਲੰਮੀ ਡਿਸਕਸ਼ਨ ਹੋਣ ਤੋਂ ਬਾਅਦ 12 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਜਿਹੜੇ ਕੇਂਦਰ ਦੇ ਤਿੰਨ ਮੰਤਰੀ ਅਰਜੁਨ ਮੁੰਡਾ ਜੀ ਪਿਸ਼ੂ ਗੋਲ ਜੀ ਆ ਨਿਤਿਆਨੰਦ ਰਾਏ ਜੀ ਇਹ ਮੀਟਿੰਗ 12 ਨੂੰ ਸ਼ਾਮ 5:00 ਵਜੇ ਚੰਡੀਗੜ੍ਹ ਚ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਮ ਗਾਰਾ ਨੇ ਡੈਪੂਟੇਸ਼ਨ ਨਾਲ ਕਰਨਗੇ। ਤੋਂ ਇਹ ਜਾਣਕਾਰੀ ਸੀ ਤੁਹਾਨੂੰ ਦੇਣੀ। ਔਰ ਜੋ ਹਰਿਆਣੇ ਚ ਹਰਿਆਣਾ ਸਰਕਾਰ ਕਰ ਰਹੀ ਉਹਦਾ ਲਾਂਮਾ ਸੀ ਦਿੱਤਾ ਔਦਰੋਂ ਫਿਰ ਡੀਜੀਪੀ ਹਰਿਆਣਾ ਨੂੰ ਨਿਰਦੇਸ਼ ਵੀ ਕਰਵਾਏ ਗਿਆ ਜੋ ਸਾਨੂੰ ਸੂਚਨਾ ਦਿੱਤੀ ਹੈ ਹੁਣ ਹੈ ਕਿ ਨਹੀਂ ਹੈ। ਉਦੋਂ ਬਾਅਦ ਜਦੋਂ ਇੰਟਰਨੈਟ ਬੰਦ ਕਰਦੀਆਂ ਗੱਲਾਂ ਆ ਰਹੀਆਂ ਨੇ ਇਹ ਤਾਂ ਗੈਰਮਾਨਵੀ ਤਰੀਕਾ ਹੈ ਨਹੀਂ ਹੋਣਾ ਚਾਹੀਦਾ। ਉਹਨੂੰ ਸਰਕਾਰ ਮੁੜ ਵਿਚਾਰ ਕਰਕੇ ਇੱਕ ਵਾਰ ਨੇ ਗੱਲਬਾਤ ਕਰ ਰੇ ਇੱਕ ਵਾਰ ਨੇ ਦੂਜਾ ਕੰਮ ਹੈਗਾ। ਪਰ ਅਸੀਂ ਨਾ ਗੱਲਬਾਤ ਛੱਡਾਂਗੇ ਨਾ ਅੰਦੋਲਨ ਛੱਡਾਂਗੇ। ਅਸੀਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਕਹਿੰਨੇ ਵੀ ਦਿੱਲੀ ਦਾ ਕੂਚ 13 ਫਰਵਰੀ ਦਾ ਕਰੋੜਾਂ ਕਰੋੜ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਗੇ ਇੱਕ ਇਤਿਹਾਸਕ ਪਲ ਹੋਊਗਾ ਅਸੀਂ ਸਰਕਾਰ ਦਾ ਜ਼ਬਰ ਆਪਣੇ ਸਬਰ ਨਾਲ ਸਹਾਂਗੇ ਜੇ ਮੋਰਚਾ ਬਜਿੱਤਾਂਗੇ ਹਰਿਆਣਿਆਂ ਦੇ ਲੋਕਾਂ ਨੂੰ ਬੇਨਤੀ ਆ ਨਾ ਘਬਰਾਇਓ ਪੂਰਾ ਦੇਸ਼ ਤੁਹਾਡੇ ਨਾਲ ਖੜਾ ਵਾ ਇਹ ਅੰਦੋਲਨਾਂ ਵਿੱਚ ਇਹ ਕੁਝ ਹੁੰਦਾ ਹੁੰਦਾ